ਅਸੀਂ ਗਾਈ ਸਾਰਿਆਂ ਨੂੰ ਮੈਂ ਪ੍ਰਦੀਪ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ ਤੇ ਅਸੀਂ ਜਾ ਰਹੇ ਹਾਂ ਅੱਜ ਫਰੀਦਕੋਟਲੇ ਕੁਛ ਪਾਰਟੀ ਕਰਨ ਲੋਹੜੀ ਵਾਲੀ ਹੁਣ ਆਪਾਂ ਕੀ ਮੋਟਰ ਹੈ ਲੈ ਬਲੈਕੀ ਦੇ ਮੋਟਰ ਹੈ ਤਾਂ ਜਾ ਰਿਹਾ ਮੇਰੇ ਤਾਂ ਜਾ ਰਿਹਾ ਉਹ ਤਿੰਨ ਜਾਣੇ ਬੈਠ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ ਟਾਇਰ ਕਰਕੇ ਸੋ ਬੱਟੀ 'ਤੇ ਚੱਲਾਂਗੇ ਅਤੇ ਬਾਕੀ ਦੇ ਸਾਰੇ ਜਾਣੇ ਚਲੇ ਗਏ ਆਪਾਂ ਪਿੱਛੇ ਰਹਿ ਗਏ ਸੋ ਮੈਂ ਤਾਂ ਦੂਜੇ ਨੰਬਰ 'ਤੇ ਬੈਠੂੰਗਾ ਕਿਉਂਕਿ ਐਂ ਸਿਸਟਮ ਬਿਮਾਰ ਹੋਣ ਵਾਲਾ ਕੰਮ ਆ ਚਲੋ ਲੋ ਜੀ ਮੇਰੇ ਵੀਰੋ ਪੈਟਰੋਲ ਪੰਪ 'ਚ ਪੈਟਰੋਲ ਪੰਪ 'ਚ ਟੈਂਕੀ 'ਚ ਵਾਧੇ ਕਰਦੇ ਹੋਏ 50 ਰੁਪਏ ਤੇਲ ਪਾਉਂਦੇ ਹੋਏ 50 ਦਾ ਪਾ ਦੋ ਜੀ ਮੰਤਰੀ ਤੇਲ ਤੂਲ ਪਵਾ ਕੇ ਰੱਖਿਆ ਕਰ ਯਾਰ ਜਮੀ ਖਾਲੀ ਕਰੀ ਫਿਰਦਾ ਲੈ ਹੁਣ 'ਚ 50 ਦਾ ਤੇਲ ਠਕਾ ਕੇ ਚਲੋ ਜੀ ਚੱਲੀਏ ਆਪ ਤਾਂ ਦੂਜੇ ਮੋਟਰਸਾਈਕਲ 'ਤੇ ਬਹਿ ਗਿਆ ਟਾਵਰ ਨਾਲ ਕੋਈ ਤਾਂ ਲੋਡ ਪਾਈ ਬੈਠੇ ਨੇ ਉਹ ਆ ਕਿਵੇਂ ਖੜਾਇਆ ਬਾਹਲੇ ਕੱਟੜ ਫੈਨ ਨੇ ਉਹ ਮੰਤਰੀ ਤੇਲ ਹੈਗਾ ਚ ਤੇਲ ਤੂਲ ਜਿੱਥੇ ਖੜਗਾ ਚੱਕ ਲਈ ਅਸੀਂ ਤਾਂ ਤਿੰਨ ਇੱਧਰ ਫਿੱਟ ਹੋ ਜਾਵਾਂਗੇ ਤੂੰ ਇਕੱਲਾ ਇੱਧਰ ਆਏਗਾ ਦੇਖੋ ਜੀ ਚਲੋ ਕੋਈ ਨੀ ਕੋਈ ਨੀ ਖੜ ਜਾ ਚਲਾ ਲੈਣ ਦੇ ਚਲਾ ਲੈਣ ਦੇ ਖੜ ਜਾ ਵੀ ਲੰਘ ਜਾ ਵੀ ਗੱਡੀ ਵਾਲਾ ਦੇ ਬਹੁਤ ਗਲਤ ਸੀ ਦੇਖ ਕੇ ਹੀ ਦੇਖ ਕੇ ਧਿਆਨ ਨਾ ਚਲੋ ਕੋਈ ਨਾ ਬੱਚਤ ਰਹੇਗੀ ਹੋਰ ਚਲੋ ਚੱਲ ਖਸਾ ਕੇ ਸੁਣ ਜੀ ਅੱਜ ਕੀ ਗੱਲ ਹੋ ਗਈ ਸੀ ਵੈਸੇ ਗੱਡੀ ਤੱਕ ਸਲਿੱਪ ਲਾਏ ਨੇ ਤੇ ਬਚ ਕੇ ਮਤਲਬ ਡਿੱਗੇ ਨੀ ਹੈਗੇ ਵਧੀਆ ਗੱਲ ਆ ਚਲੋ ਕੋਈ ਗੱਲ ਨੀ ਤੇ ਲਓ ਜੀ ਕਹਿੰਦੇ ਮਰੇਲਕੋਟਲੇ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਪੰਜਾਹ ਠੀਕ ਨੇ ਬਸ ਨੇਰੇ ਮਿਲਕਣਾ ਮੂੰਹ ਦੇਖ ਲੋ ਤੇ ਲਓ ਜੀ ਮਤਲਬ ਕਿ ਅਸੀਂ ਮਰੇਲਕੋਟਲੇ ਪਹੁੰਚ ਚੁੱਕੇ ਹਾਂ ਤੇ ਅਸੀਂ ਲੋਹੜੀ ਜਿਹੜਾ ਤੁਸੀਂ ਲੋਹੜੀ ਵਾਲਾ ਬਲੌਗ ਦੇਖਿਆ ਉਹ 'ਚ ਕੁਛ ਕੁ ਰੁਪਏ ਬਣੇ ਸੀ ਉਹਦੀ ਅਸੀਂ ਪਾਰਟੀ ਕਰਨ ਆਏ ਹਾਂ ਤੇ ਅਸੀਂ ਦਿਖਾਵਾਂਗੇ ਮਤਲਬ ਕਿ ਨੋਨ ਵੈਜੀਟੇਰੀਅਨ ਆ ਸਾਰੇ ਜਣੇ ਮਿਲਖਾ ਅਤੇ ਬਲੈਕੀ ਆ ਇਹ ਵੈਜੀਟੇਰੀਅਨ ਹੈਗਾ ਤਾਂ ਬਲੈਕੀ ਆ ਵੈਸੇ ਨੋਨ ਵੈਜੀਟੇਰੀਅਨ ਪਰ ਇਹ ਖਾਂਦਾ ਘੱਟ ਵੱਧ ਆ ਦੱਸਦਾ ਹੁਣ ਦਾ ਮਿਲਖਾ ਦਾ ਵੈਜੀਟੇਰੀਅਨ ਆ ਇਹ ਖਾਂਦਾ ਨਹੀਂ ਹੈਗਾ ਸੋ ਤਾਂ ਕਰਕੇ ਦੋਨੋਂ ਉਹਦਾ ਪਰੇ ਜਾ ਕੇ ਟੂ ਕਰਾ ਕੇ ਆਉਣਗੇ ਤੇ ਲਓ ਜੀ ਕਹਿੰਦੇ ਮੰਤਰੀ ਉਹਦੇ 200 ਰੁਪਏ ਲੈ ਕੇ ਡੰਡੀ ਪਏ ਆਪਦੇ ਚੁੱਪ ਕਰ ਤੇ ਅਸੀਂ ਨਾ ਨਾਲ ਇੱਕ 2 ਲੀਟਰ ਠੰਡਾ ਹੀ ਮੰਗਾ ਲਿਆ ਨੇਰਾ ਕਹਿੰਦਾ ਖੰਘ ਨੂੰ ਲੋਡ ਨਹੀਂ ਹੋਣ ਦੇਣਾ ਹੋਰ ਠੰਡਾ ਪੀਵਾਂਗੇ ਖੰਘ ਤਾਂ ਲੋਡ ਹਾਂ ਨੇਰਾ ਸੋਹਣਾ ਦੇਖਣ ਲੱਗਦਾ ਲਓ ਜੀ ਹੁਣ ਜੀ ਮਤਲਬ ਕਿ ਡਿਨਰ ਡੁਨਰ ਕਰਕੇ ਮਿਲਦੇ ਹਾਂ ਤੁਹਾਨੂੰ ਤੇ ਲਓ ਜੀ ਹੁਣ ਤੁਹਾਨੂੰ ਖਾ ਕੇ ਮਿਲਦਾ ਬਾਕੀ ਤਾਂ ਠੀਕ ਆ ਫ੍ਰੀ ਵਾਲਾ ਸੌਦਾ ਕੱਢੀ ਮੜਾ ਗਿਆ ਚੋਂ ਟੈਸਟ ਕਰੋ ਲਿਖ ਕਰੋ ਡੰਕ ਕਰੋ ਉਹ ਕੇਬਲ ਦਾ ਹਾਲਾਤ ਦੇਖੋ ਮੇਰੇ ਬਸ ਯਾਰ ਮਿਸ਼ਰੀ ਵੱਧਦਾ ਸੌਂ ਘੱਟ ਹੋ ਗਿਆ
ਹੋਰ ਗੱਲਾਂ ਗੱਲਾਂ ਇਹ ਦੇਖੋ ਕਹਿੰਦੇ ਅਸੀਂ ਪੰਜ ਜਣੇ ਸੀਗੇ ਅਸੀਂ ਪੰਜ ਜਣੇ ਖਾ ਵੀ ਗਏ ਉਹ ਦੋ ਜਣੇ ਮੁੜੇ ਨਹੀਂ ਹੈਗੇ ਵੈਸੇ ਲੌਜਿਕ ਦੀ ਗੱਲ ਸੀ ਇਹ ਪਰ ਦੋ ਜਣੇ ਹੋਏ ਉਹ ਇੰਨਾ ਟਾਈਮ ਆ ਜਾਣ ਹੁਣ ਇੱਕ ਮਿੰਟ ਆ ਗਿਆ ਸੀ ਗਾਇਸ ਬਸ ਦੋ ਮਿੰਟ ਚ ਬਾਕੀ ਸੀ ਆਹ ਮੇਰੇ ਪੂਰੇ ਖਾਸਾ ਵਿੱਚ ਨੂੰ ਆ ਗਏ ਤੁਰ ਕੇ ਪਰ ਸਾਨੂੰ ਪਤੰਗ ਵਾਲੇ ਦੁਕਾਨ ਹਾਲੇ ਵੀ ਨਹੀਂ ਲੱਭੀ ਪਤੰਗ ਪੁੱਛਣ ਆਇਆ ਮੈਨੂੰ ਕਿ ਸਮਝ ਨਹੀਂ ਹੁੰਦੀ ਗੱਲ ਤੁਸੀਂ ਕੋਡ ਲੈਂਗੁਏਜ ਵਾਲੀ ਗੱਲ ਪਰ ਕੁਝ ਪਤਾ ਨਹੀਂ ਗਾ ਪੁੱਛ ਕਿਸੇ ਬਾਈ ਨੂੰ ਪਤੰਗ ਆਹ ਬਾਈ ਨੂੰ ਪੁੱਛਿਆ ਬਾਕੀ ਤੁਹਾਨੂੰ ਦੇਖ ਸਕਦੇ ਮੇਰਾ ਸੀਲ ਹੋ ਗਿਆ ਮਤਲਬ ਕਿ ਹੁਣ ਕੁਛ ਕੁ ਪਹਿਲਾਂ ਹੀ ਥੋੜ੍ਹੇ ਦਿਨ ਪਹਿਲਾਂ ਖਾਸਾ ਬਿਮਾਰ ਜਿਹਾ ਹੋਇਆ ਸੀ ਅਤੇ ਜੁਕਾਮ ਜੁਖੂਮ ਜਿਹਾ ਖਾਸਾ ਹੋਇਆ ਤਾਂ ਕਰਕੇ ਥੋੜ੍ਹਾ ਮੈਂ ਮੋਟਰਸਾਈਕਲ ਵੀ ਨਹੀਂ ਪਹਿਲਾਂ ਉਦੋਂ ਮੋਟਰਸਾਈਕਲ ਚਲਾ ਲਿਆ ਬਾਈ ਸਟੰਕ ਪੀ ਗਏ ਮੋਟਰਾਂ ਖਿੱਚਦਾ ਤੁਹਾਡੇ ਬਾਈ ਨੇ ਇਕੱਲੇ ਨਹੀਂ ਚੌੜਾ ਹੋ ਗਏ ਉਹ ਤਾਂ ਠੰਡ ਲੱਗੀ ਨਹੀਂ ਬਾਅਦ 'ਚ ਪਤਾ ਲੱਗਿਆ ਵੀ ਖਾਸਾ ਕੰਮ ਖਰਾਬ ਹੋ ਗਿਆ ਮਤਲਬ ਮੋਟਰਾਂ ਚਲਾਉਂਦਾ ਨਹੀਂ ਅਤੇ ਆ ਬਾਈ ਨੂੰ ਪਤਾ ਬਾਈ ਪਤੰਗਾਂ ਦੀ ਦੁਕਾਨ ਹੈਗੀ ਨੇ ਕਿਤੇ ਅੱਛਾ ਲਓ ਜੀ ਅਸੀਂ ਦੁਕਾਨ ਪੁੱਛੀ ਰਹਿ ਗਈ ਇੱਕ ਦੇਖਦੇ ਜੇ ਮਿਲਦੀ ਆ ਮਤਲਬ ਕਿ ਚੈੱਕ ਕਰਕੇ ਜਾਣਾ ਫਿਰ ਕੱਲ੍ਹ ਨੂੰ ਦੇਖਾਂਗੇ ਆਵਾਂਗੇ ਪਤੰਗ ਲੈ ਕੇ ਜਾਵਾਂਗੇ ਪਤੰਗ ਨੂੰ ਖੰਨੇ ਖੁੰਨੇ ਵਾਧੂ ਮਿਲ ਜਾਂਦੇ ਦੇਖਦੇ ਹਾਂ ਪਿਛਲੀ ਵਾਰ ਤਾਂ ਬੜਾ ਸਾਰਾ ਪਤੰਗ ਵੀ ਲਿਆਂਦਾ ਸੀ ਇੱਕ ਬੜਾ ਬੜਾ ਸਾਰਾ ਲੱਭੇ ਗਈ ਸਾਨੂੰ ਇੱਕ ਦੁਕਾਨ ਦੇਖੋ ਤੁਸੀਂ ਆਹ ਵੱਡਾ ਪਤੰਗ ਇਹਨਾਂ ਦਾ ਜੀ ਆਹ ਵਾਲੇ 100 ਰੁਪਏ ਅੱਛੇ ਅਤੇ ਉਹ ਵਾਲੇ ਜੀ ਇਹ 80 ਰੁਪਏ ਦਾ ਦੇਖੋ ਮਿਲਖੇ ਦਾ ਫੋਨ ਆਇਆ ਵੀ ਉਹ ਵਗ ਗਿਆ ਮੈਂ ਇਕੱਲੀ ਖੜਾ ਆ ਜਾਓ ਤੈਨੂੰ ਅਸੀਂ ਤਿੰਨੇ ਫੋਨ ਲੈ ਚੱਕਿਆ ਕਿਉਂ ਨੀ ਲਓ ਜੀ ਅਸੀਂ ਆ ਗਏ ਘਰੇ ਚਲੋ ਗੁਲਾਬ ਜਾਮਣਾ ਡੱਬਾ ਸਾਂਭ ਲੋ ਕੇ ਰੱਖਿਆ ਚਲੋ ਜੀ ਅਸੀਂ ਹੁਣ ਆ ਗਏ ਸੀ ਤੇ ਆਹ ਕਬਾੜ ਕਚਰੇ ਅਸੀਂ ਚੱਕਦੇ ਹੁੰਦੇ ਹਾਂ ਜਿਹੜੇ ਦੁਕਾਨ ਤੇ ਲੋਕ ਖਾ ਪੀ ਕੇ ਛੱਡ ਕੇ ਜਾਂਦੇ ਨੇ ਅਸੀਂ ਚੱਕਦੇ ਹੁੰਦੇ ਹਾਂ ਕਿਤੇ ਧੋਣ ਹੀ ਲਾਵਾਂਗੇ ਸੋ ਕਚਰਾ ਅਸੀਂ ਮਾੜਾ ਜਿਹਾ ਕਚਰਾ ਸਾਫ਼ ਕਰਦੇ ਹਾਂ ਥੋੜ੍ਹਾ ਜਿਹਾ ਪੋਲਿਊਸ਼ਨ ਜੇ ਤੁਹਾਡਾ ਕੋਈ ਵੀ ਕੰਮ ਨਾ ਹੁੰਦਾ ਹੋਵੇ ਜਿਵੇਂ ਅੱਗ ਉੱਗ ਨਾ ਚੱਲਦੀ ਹੋਵੇ ਕੋਈ ਹੋਰ ਸਮੱਸਿਆ ਹੋਵੇ ਮਾਤੀ ਦਾ ਬੁੱਤ ਬਣਾਓ ਅਤੇ ਕੁੱਟੋ ਸਭ ਕੁਝ ਹੋ ਜੂਗਾ ਸਾਡੋ ਡੱਬੀ ਨਹੀਂ ਡੰਗਰ ਜਿਹਾ ਮੈਨੂੰ ਕਹੀ ਜਾਵੇਗਾ ਲੈਟ ਮਚਾ ਕੇ ਰੱਖ ਅੱਗ ਸੀਖ ਚਲਾ ਕੇ ਸੀਖਾ ਚਲਾ ਕੇ ਵੀ ਕਹਿੰਦੀ ਦੀਦਾ ਨਹੀਂ ਹੈ ਕੁਛ ਵੀ ਤੂੰ ਮਾੜੀ ਜਿਹੀ ਅੱਗ ਲਾ ਲਾ ਉਰੇ ਵੀ ਕਹਿੰਦਾ ਅੱਗੇ ਵੀ ਤਾਂ ਹੀ ਕਰਦੇ ਹੁੰਦੇ ਕੱਲ੍ਹ ਬਹੁਤ ਪਖੰਡ ਕਰੇ ਨੇ ਪਤੰਗ ਲਿਆਂਦਾ ਸੀ ਮਤਲਬ ਸਮਝਦੀ ਹੁੰਦੀ ਤੁਸੀਂ ਗੱਲ ਤੇ ਕਿੰਨੇ ਪਤੰਗ ਵੜਤੇ ਅੱਜ ਅੱਜ ਕਿੰਨੇ ਵੜਤੇ ਕਿੰਨੇ ਵੜਤੇ ਅੱਜ 12 ਪਤੰਗ ਵੜਤੇ ਮੈਂ ਨਾ 2-3 ਵੜਤੇ 2 ਵੜਾ ਲਿਓ ਵੀ ਹਰਮਨ ਤੋਂ ਵੀ ਜਿਹੜਾ ਜਵਾਕ ਹੈ ਜਾਂ ਛੋਟਾ ਜਿਹਾ ਉਹ ਇੱਕ ਵਾਰ ਤਾਂ ਮੇਰੇ ਪੈਰਾਂ 'ਚ ਫਸ ਗਈ ਇੱਕ ਵਾਰ ਆਪੇ ਵੱਡਿਆ ਗਿਆ ਚਲੋ ਕੋਈ ਗੱਲ ਨਹੀਂ ਬਾਕੀ ਡੋਰ ਤਾਂ ਕਹਿ ਮਾਡੀ ਚਲੋ ਹੁਣ ਦੇਖਦੇ ਹਾਂ ਕੋਈ ਹੋਰ ਓਪੋਨੈਂਟ ਆਵਾਂ ਦੇਖੋ ਸਾਰਾ ਆਸਮਾਨ ਖਾਲੀ ਕਰਿਆ ਪਿਆ ਅੱਜ ਤਾਂ ਇੱਕ ਅੱਜ ਧੁੱਪ ਚੜ੍ਹੇ ਜਿਹੜੀ ਵਧੀਆ ਗੱਲ ਆ ਦੇਖੋ ਵਾਓ ਧੁੱਪ ਤਾਂ ਕਦੇ ਕਦੇ ਦੇਖਣ ਨੂੰ ਮਿਲਦੀ ਆ ਰਿਣ ਮੈਂ ਇਕੱਠੀ ਕਰਨੀ ਸੌਖੀ ਪਈ ਆ ਤੇ ਲੋ ਜੀ ਕਹਿੰਦੇ 3 ਪਤੰਗਾਂ ਦੇ ਪੇਚੇ ਪਏ ਹੋਏ ਨੇ ਵੱਡਿਆ ਬਾਉ ਤੇਰੇ ਓਏ ਆਉਣੇ ਵੱਡਿਆ ਗੁਰੀ ਨੇ ਤੂੰ ਥੋੜੀ ਵੱਡਿਆ ਆਉਣੇ ਵੱਡਿਆ ਇਹ ਮਰਜ਼ੀ ਆ ਵੱਡਿਆ ਦਾ ਆਪਣੀ ਆ ਦੋ ਨੇ ਪਾ ਲਿਆ ਵਿੱਚੋਂ ਮੇਰੀ ਲੋ ਜੀ ਕਹਿੰਦੇ ਮੇਰੇ ਪਰ ਇੱਕ ਹੋਰ ਪੜਦਾ ਯੈਸ ਬਲੈਕ ਹੀ ਪਹਿਲਾਂ ਬਲੈਕ ਚੜਦਾ ਸੀ ਫਿਰ ਉਹਨੇ ਜਵਾਕ ਨੂੰ ਦਿੱਤਾ ਫਿਰ ਉਹਨੇ ਪੜਾ ਲਿਆ ਉਹ ਵੀ ਬਲੈਕ ਕਿਹੜਾ ਵੜ ਸਕਦਾ ਸੀ ਆਪਣਾ ਓ ਆਈ ਬੋ ਬਲੈਕ ਆ ਉਹ ਕੋਠੇ ਤੇ ਦੇਖੋ ਜੀ ਹੋ ਗਿਆ ਦੇਖ ਰਿਹਾ ਤੇ ਲਓ ਜੀ ਅਸੀਂ ਖਾਸੇ ਸਾਰੇ ਪਤੰਗ ਵੜਤੇ ਅਤੇ 3-4 ਜਣੇ ਸਾਡੇ ਕੋਲ ਸਾਰੇ ਬਣਾ ਲਏ ਹੁਣ ਚੁੱਪੂ ਜਿਹੜੇ ਜੰਮੀ ਕਰੈਕਰ ਨੇ ਉਹ ਵੀ ਦੇਖਦਾ ਵੀ ਇਹਨਾਂ ਨੂੰ ਵੀ ਚਾੜ੍ਹਦੀ ਹੈ ਪਤੰਗ ਤਾਂ ਪਏ ਨੇ ਘਰੇ ਪਰ ਕੱਲ੍ਹ ਨੂੰ ਚੜਾਂਗੇ ਹੁਣ ਥੱਕ ਗਏ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਪਤੰਗ ਵਾਲਾ ਵਲੋਗ ਲਿਆਈਏ ਅਤੇ ਸਾਡੇ ਉੱਪਰ ਪਤੰਗ ਵਾਲਾ ਵਲੋਗ ਲਿਆਈਏ ਕਿ ਨਾ ਕਰਕੇ ਕਮੈਂਟ ਕਰਕੇ ਦੱਸਿਓ ਅਤੇ ਬਾਕੀ ਹੁਣ ਚੱਲਦੇ ਹਾਂ ਥੱਲੇ ਉਹ ਫੜੇ ਨੇ ਮੰਤਰੀ ਹੁਣੇ ਇਹ ਦੇਖਦੇ ਚੱਲ ਚੱਲੀ ਚੁੱਪੂ ਰੱਖ ਨੂੰ ਮੈਂ ਇੱਥੇ ਜਾਵਾਂ ਤੂੰ ਤਾਂ ਨਹੀਂ ਆਉਣਾ ਹੈ ਨਾ ਕਿਆ ਆਉਣਾ ਅਤੇ ਹੁਣ ਆ ਗਿਆ ਸੀਗਾ ਜੀ ਮੈਂ ਘਰੇ ਅਤੇ ਨਾ ਜਿਵੇਂ ਤੁਹਾਨੂੰ ਪਤਾ ਜੀ ਆਪਣੀ ਲਾਈਟਾਂ ਨਹੀਂ ਉਹ ਰਿਮੋਟ ਵਾਲੀਆਂ ਪਾਈ ਹੋਈਆਂ ਇਹਦੇ 'ਚ ਆਹ ਵਾਲੀਆਂ ਅਤੇ ਜਦ ਵੀ ਆਪਾਂ ਚਾਬੀ ਔਨ ਕਰਦੇ ਤਾਂ ਆਹ ਵਾਲੀ ਲਾਈਟ ਮੱਚਦੀ ਆ ਜਿਹੜੀ ਕਿ ਆਪਦੀ ਇਹਦੀ ਭਾਸ਼ਾ 'ਚ ਵਾਈਟ ਆ ਪਰ ਆਪਣੀ ਭਾਸ਼ਾ 'ਚ ਨੀਲੀ ਹੋਰ ਰੰਗ ਆ ਜਿਹੜਾ ਆਪਾਂ ਰੰਗ ਜਾਣੀ ਆਹ ਬਲੂ ਵਧੀਆ ਲੱਗਦਾ ਇਹ
ਦੇਖੋ ਘੈਂਟ ਲੱਗਦੀ ਹੈ ਜਾਂ ਫਿਰ ਰੈੱਡ ਵੀ ਵਧੀਆ ਲੱਗਦੀ ਹੈ ਪਰ ਇਹ ਆਪਾਂ ਨੂੰ ਹਮੇਸ਼ਾ ਚੇਂਜ ਕਰਨੀ ਪੈਂਦੀ ਮੈਂ ਸਿਰਫ ਉਦੋਂ ਯੂਜ਼ ਕਰਦਾ ਜਦੋਂ ਮੈਂ ਰੀਲ ਰੂਲ ਬਣਾਉਣੀ ਹੋਵੇ ਜੇ ਜਾਣੀ ਮੈਂ ਜਦੋਂ ਨੋਰਮਲ ਮੈਂ ਕਿਤੇ ਜਾਂਦਾ ਪਰ ਮੋਟਰ ਮੋਟਰ ਚੱਕ ਦਿੰਦੇ ਅਤੇ ਹਮੇਸ਼ਾ ਆਹੀ ਲਾਈਟ ਲੱਗੀ ਜਾਂਦੀ ਹੈ ਸੋ ਮੇਰੇ ਕੋਲ ਇੱਕ ਲਾਲ ਰੰਗ ਦੀਆਂ ਲਾਈਟਾਂ ਪਈਆਂ ਸੀ ਆਪਾਂ ਲਾਲ ਪਾਉਣੇ ਉਹਦੇ ਵਿੱਚ ਜੇ ਲਾਲ ਫਿਊਜ਼ ਹੋ ਗਈਆਂ ਫਿਰ ਦੁਬਾਰਾ ਆਪਾਂ ਲਾਂਗੇ ਜਾਣੀ ਕਿਉਂਕਿ ਹੁਣ ਵੀ ਮੈਂ ਜ਼ਿਆਦਾਤਰ ਤਾਂ ਬਿਨਾਂ ਰਿਮੋਟ ਤੋਂ ਚਲਾਉਣਾ ਅਤੇ ਆਹੀ ਲਾਈਟਾਂ ਨੱਚਦੀਆਂ ਹੁੰਦੀਆਂ ਹਮੇਸ਼ਾ ਹੀ ਸੋ ਆਪਾਂ ਹੁਣ ਚੇਂਜ ਕਰਦੇ ਹਾਂ ਅਤੇ ਫਿਰ ਮਿਲਦੇ ਆਹ ਦੇਖੋ ਨਾਲੀ 'ਚ ਡਿੱਗਿਆ ਸੀ ਪ੍ਰੋਗਰਾਮ ਲਾਈਟਾਂ ਵਾਲਾ ਪਹਿਲਾਂ ਧੋ ਲਈਏ ਚਲੋ ਜੀ ਆਪਾਂ ਇੱਧਰਲੇ ਪਾਸੇ ਰੈੱਡ ਲਾਤੀ ਇੱਧਰਲੇ ਪਾਸੇ ਜਿਹੜੀ ਆਪਣੀ ਰਿਮੋਟ ਵਾਲੀ ਆ ਇੱਕ ਮਿੰਟ ਮੈਂ ਰਿਮੋਟ ਵਾਲੀ ਰੈੱਡ ਕਰਕੇ ਦੇਖਦਾ ਵੀ ਕਿਹੜੀ ਜ਼ਿਆਦਾ ਬ੍ਰਾਈਟ ਆ ਦੋਨੋਂ ਹੀ ਸੇਮ ਨੇ ਆਹ ਥੋੜ੍ਹੀ ਜਿਹੀ ਇੱਧਰਲੀ ਜ਼ਿਆਦਾ ਲਾ ਜੇ ਆ ਜ਼ਿਆਦਾ ਤਾਂ ਲਾ ਲਈ ਕਿਉਂਕਿ ਇਹਦੀ ਐੱਲ ਈ ਡੀ ਮੂਹਰੇ ਆ ਇਹਦੀ ਸਾਈਡਾਂ 'ਤੇ ਆ ਦੋਨੋਂ ਸੇਮ ਨੇ ਜੋ ਹੁਣ ਆਪਾਂ ਜਾਣੀ ਬਲੂ ਇਹਨੂੰ ਆਪਾਂ ਕੱਢ ਕੇ ਜੇ ਰੈੱਡੇ ਪਾਉਂਦੇ ਹਾਂ ਜਾਣੀ ਫਿਰ ਜਦੋਂ ਫਿਊਜ਼ ਹੋ ਗਈਆਂ ਫਿਰ ਅਸੀਂ ਦੁਬਾਰਾ ਪਾ ਲਾਂਗੇ ਬਾਕੀ ਇਹ ਵਾਲੀ ਰਿਮੋਟ ਵਾਲੀ ਇੱਕ ਸ਼ਿਫਟ ਆ ਇਹ ਵੀ ਹਾਲੇ ਤੱਕ ਫਿਊਜ਼ ਨਹੀਂ ਹੋਏ ਨੇ ਇਹ ਤਾਂ ਜੇ ਕੋਈ ਖੜਦੀ ਨਹੀਂ ਹੈਗੀ ਕੋਈ ਲਾਈਟ ਵੀ ਤੁਹਾਨੂੰ ਮੈਂ ਰਿਮੋਟ ਵਾਲੀ ਵੀ ਦਿਖਾ ਦਿੰਦਾ ਕਿਹੋ ਜਿਹੀ ਆ ਦੇਖੋ ਆ ਇੰਨੀ ਬੜੀ ਘੈਂਟ ਆ ਇਹ ਤਿੰਨ ਐੱਲ ਈ ਡੀ ਆਉਂਦੀਆਂ ਨੇ ਦੇਖੋ ਰਿਮੋਟ ਵਾਲਾ ਸੈਂਸਰ ਜਿਹੜਾ ਉਰੇ ਸ਼ਾਇਦ ਅਤੇ ਦੇਖ ਸਕਦੇ ਤੁਸੀਂ ਘੈਂਟ ਇਹ ਰਬੜ ਜੀ ਆ ਦੇਖੋ ਵਾਟਰ ਪਰੂਫ ਕਰੀ ਹੋਈਆਂ ਨੇ ਮਤਲਬ ਵਾਟਰ ਪਰੂਫ ਵੀ ਕਰੀ ਹੋਈ ਸਾਰੀ ਚੀਜ਼ ਆ ਚਲੋ ਜੀ ਰੈੱਡ ਲਾਈਟਾਂ ਲੱਗ ਗਈਆਂ ਜਿਹੜਾ ਕਿ ਅਗਰੈਸਿਵ ਜਿਹਾ ਲੱਗਦਾ ਹੁਣ ਜਿਹੜੀ ਹਮੇਸ਼ਾ ਹੀ ਰੈੱਡ ਰਹਿਣਗੀਆਂ ਵੀ ਹਮੇਸ਼ਾ ਉਹ ਸਿਆਨ ਜਿਹਾ ਰੰਗ ਹੋ ਜਾਂਦਾ ਫਿਰ ਆਪਾਂ ਨੂੰ ਸਾਂਭ ਕੇ ਰੱਖਦੇ ਕਿਉਂਕਿ ਮਹਿੰਗੀਆਂ ਲਾਈਟਾਂ 250 ਰੁਪਏ ਨੇ ਅਤੇ ਰਿਮੋਟ ਵਾਲਾ ਹੁਣ ਝੰਜਟ ਮਤਲਬ ਖਤਮ ਹੋ ਗਿਆ।